ਪੰਜਾਬ ਦੇ ਵਿੱਚ ਸ਼ਹਿਰਾਂ ਦੇ ਮੁਕਾਬਲੇ ਜਿਹੜਾ ਉਹ ਰੋਗ ਹੈ ਉਹ ਪਿੰਡਾਂ ਵਾਲਿਆਂ ਨੂੰ ਜ਼ਿਆਦਾ ਹੋ ਰਿਹਾ। ਜੀ ਜੀ, ਤੀਜੇ ਚੌਥੇ ਨੰਬਰ 'ਤੇ ਛੱਡੋ ਤੁਸੀਂ, ਇੱਕ ਨੰਬਰ 'ਤੇ ਰੋਗ ਹੋਊਗਾ ਜੀ, ਜਿਹਨੂੰ ਆਪਾਂ ਪਰਮੇਹ ਕਹਿ ਦਿੰਦੇ ਹਾਂ, ਮਧੂਮੇਹ ਕਹਿ ਦਿੰਦੇ ਹਾਂ, ਜਾਂ ਮਾਡਰਨ ਸਾਇੰਸ ਦੇ ਵਿੱਚ ਤੁਸੀਂ ਉਹਨੂੰ ਕਹਿੰਦੇ ਹੋ ਸ਼ੂਗਰ। ਡਾਕਟਰ ਸਾਹਿਬ ਨੇ ਲੱਕੜ ਰੱਖੀ ਹੋਈ ਹੈ, ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਇਹ ਲੱਕੜ ਹੈਗੀ ਹੈ ਸ਼ੂਗਰ ਦਾ ਰਾਮਬਾਣ ਇਲਾਜ ਹੈਗਾ, ਅਤੇ ਜਿਹੜਾ ਇਹ ਲੱਕੜ ਦੀ ਵਰਤੋਂ ਸਿੱਖ ਜਾਏਗਾ, ਇਸ ਲੱਕੜ ਦਾ ਉਪਯੋਗ ਸਿੱਖ ਜਾਏਗਾ, ਤਾਂ ਉਹ ਜਿਸ ਨਾਲ ਹੱਥ ਮਿਲਾਏਗਾ, ਮਜ਼ਾਕ ਦੇ ਲਹਿਜ਼ੇ 'ਚ ਮੈਂ ਕਹਿ ਰਿਹਾ ਕਿ ਉਹਨੂੰ ਵੀ ਸ਼ੂਗਰ ਨਹੀਂ ਹੋਏਗਾ। ਜੇ ਬੰਦਾ ਠੀਕ ਕਰਨ ਪਰ ਆਵੇ, ਤੁਸੀਂ ਇਹ ਕਹਿ ਲਓ ਵੀ ਬਿਨਾਂ ਦਵਾਈਆਂ ਤੋਂ ਇਹਨੂੰ ਤੁਸੀਂ ਠੀਕ ਕਰ ਸਕਦੇ ਹੋ ਸ਼ੂਗਰ ਨੂੰ? ਹਾਂ, ਇਹਨੂੰ ਸ਼ੂਗਰ ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ, ਜੇ ਮੈਂ ਤਾਂ ਇਹ ਕਹਿੰਦਾ। ਡਾਕਟਰਾਂ ਨੇ ਇੰਨਾ ਕੁ ਜ਼ਿਆਦਾ ਤੁਹਾਡੇ ਦਿਮਾਗ ਦੇ ਵਿੱਚ ਇਸ ਰੋਗ ਨੂੰ ਹਾਵੀ ਕਰਤਾ, ਤੁਹਾਨੂੰ ਡਰਾਤਾ ਵੀ ਨਾ, ਸਾਰੀ ਜ਼ਿੰਦਗੀ ਗੋਲੀ ਖਾਣੀ ਪਊਗੀ, ਸਾਰੀ ਜ਼ਿੰਦਗੀ ਇਹਦਾ, ਜਾਂ ਜਿਨ੍ਹਾਂ ਦੇ ਇੰਸੂਲਿਨ ਲੱਗਣ ਲੱਗ ਗਿਆ, ਸਾਰੀ ਜ਼ਿੰਦਗੀ ਇੰਸੂਲਿਨ ਲਾਉਣਾ ਪਊਗਾ। ਨਾ, ਤੁਸੀਂ ਕਹਿ ਰਹੇ ਹੋ ਵੀ ਇੰਨੀ ਘੈਂਟ ਲੱਕੜ ਹੈਗੀ ਹੈ, ਇਹ ਕਾਹਦੀ ਲੱਕੜ ਹੈ ਜੀ ਇਹ? ਇਹ ਤਾਂ ਵੀ ਲੱਗਦਾ ਜਿਵੇਂ ਕਿਸੇ ਤੋਂ ਤੁਸੀਂ ਖੁਰਚ ਕੇ ਕਿਸੇ ਕੁਰਸੀ ਕਰਸੀ ਤੋਂ ਲਾਹ ਲਿਆ ਹੁੰਦਾ। ਇਹ ਫਿਰ ਕੁਦਰਤ ਹੈ, ਕੁਦਰਤ ਦੇ ਵਿੱਚੋਂ ਲਈਆਂ ਗਈਆਂ ਇਹ। ਤੁਸੀਂ ਲੱਕੜਾਂ, ਤੁਸੀਂ ਇੱਕ ਕੈਮੀਕਲ ਖਾਈ ਜਾਓਗੇ, ਤੁਸੀਂ ਸਰੀਰ ਨੂੰ ਬੰਜਰ ਬਣਾਈ ਜਾਂਦੇ ਹੋ, ਹੈ ਨਾ? ਵਿਜੇਸਾਰ ਲੱਕੜ ਕਹਿੰਦੇ ਆ ਜੀ ਇਹਨੂੰ। ਤੁਸੀਂ ਇਸ ਲੱਕੜ ਦੇ ਇੱਕ ਜਾਂ ਦੋ ਟੁਕੜੇ ਆ ਦੇਖੋ ਨੋਰਮਲ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਕੇ ਰੱਖਣੇ ਆ, ਅਤੇ ਸਵੇਰੇ ਲੱਕੜ ਕੱਢ ਦੇਣੀ, ਇਹਦਾ ਪਾਣੀ ਪੀ ਲੈਣਾ, ਬਸ ਇੰਨਾ ਕੁ ਕੁਛ ਕਰਨਾ। ਔਰ ਸ਼ੂਗਰ ਤੁਹਾਡੀ ਦਿਨਾਂ ਦੇ ਵਿੱਚ ਜਿਹੜੀ ਨੋਰਮਲ ਹੁੰਦੀ ਜਾਊਗੀ। ਇਹ ਟੁਕੜਾ ਮੰਨ ਲਓ ਅਸੀਂ ਇਹ ਟੁਕੜਾ ਤੁਸੀਂ ਇਹਦੇ ਵਿੱਚ ਲਗ ਪਾਇਆ ਹੈ, ਇਹਦਾ ਤੁਸੀਂ ਇਹ ਕਹਿ ਲਓ ਵੀ ਇੱਕ ਹਫ਼ਤਾ ਇਹਦਾ ਅਸਰ ਨਹੀਂ ਜਾਂਦਾ ਇੱਕ ਟੁਕੜੇ ਦਾ, ਮਤਲਬ ਇੱਕ ਟੁਕੜਾ ਕੰਮ ਕਰੇ, ਇੱਕ ਟੁਕੜਾ ਸਿਰਫ ਇੱਕ ਹਫ਼ਤਾ ਚੱਲੂਗਾ। ਇਹ ਗੱਲ, ਇਹ ਫ੍ਰੀ ਵਰਗੀਆਂ ਚੀਜ਼ਾਂ, ਇਹ ਬਹੁਤੇ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਅਸਲ ਦੇ ਵਿੱਚ ਇਹ ਠੀਕ ਇਹੀ ਕਰਦੀਆਂ ਨੇ। ਤੁਸੀਂ ਦੇਖੋ ਵੀ ਗੋਲੀਆਂ ਖਾ ਖਾ ਕੇ, ਹੁਣ ਤੁਸੀਂ ਦੇਖੋ ਕਈ ਲੋਕ 15-15 ਸਾਲਾਂ ਤੋਂ ਸ਼ੂਗਰ ਦੀਆਂ ਗੋਲੀਆਂ ਖਾਂਦੇ ਆ, ਕਦੇ ਕਿਸੇ ਦਾ ਤੁਸੀਂ ਇੱਕ ਵੀ ਮਰੀਜ਼ ਲਿਆ ਕੇ ਦਿਖਾ ਦਿਓ ਮੈਨੂੰ ਵੀ ਕਿਸੇ ਦਾ ਸ਼ੂਗਰ ਠੀਕ ਹੋਇਆ ਗੋਲੀਆਂ ਖਾਣ ਨਾਲ। ਸਾਨੂੰ ਕਿਵੇਂ ਪਤਾ ਲੱਗੇ ਜੀ ਸਾਨੂੰ ਸ਼ੂਗਰ ਹੋਣ ਵਾਲਾ ਹੈ ਜਾਂ ਹੋ ਗਿਆ? ਦੇਖੋ, ਸ਼ੂਗਰ ਹੋਣ ਤੋਂ ਸਭ ਤੋਂ ਪਹਿਲਾਂ ਸੰਕੇਤ ਇਹੀ ਦਿੰਦਾ ਵੀ ਤੁਹਾਨੂੰ ਸਭ ਤੋਂ ਵੱਧ ਕਮਜ਼ੋਰੀ ਪੈਣ ਲੱਗ ਜਾਂਦੀ ਹੈ ਜੀ। ਦੂਜਾ ਨੰਬਰ, ਜਾਂ ਤਾਂ ਕਈਆਂ ਦਾ ਵਜ਼ਨ ਘਟਣ ਲੱਗ ਜਾਂਦਾ। ਤੀਜਾ ਨੰਬਰ, ਪਿਸ਼ਾਬ ਕਈਆਂ ਨੂੰ ਬਹੁਤ ਆਉਣ ਲੱਗ ਜਾਂਦਾ। ਸੰਕੇਤ ਕੀ ਮਿਲਣਗੇ ਜਦੋਂ ਲੱਕੜ ਕੰਮ ਕਰਨ ਲੱਗ ਗਈ? ਵੈਸੀ ਐਨਰਜੀ ਆਉਣ ਲੱਗ ਜਾਂਦੀ ਹੈ ਬਾਡੀ ਦੇ ਵਿੱਚ, ਠੀਕ ਹੈ ਜੀ। ਵੈਸੇ ਹੀ ਬੰਦਾ ਦੇਖੋ, ਹੁਣ ਤੁਸੀਂ ਦੇਖ ਲਓ ਸ਼ੂਗਰ ਵਾਲੇ ਬੰਦਿਆਂ ਦੇ ਸਭ ਤੋਂ ਵੱਧ ਕੀ ਦੋ ਬਿਮਾਰੀਆਂ ਖਾਸ ਰਹਿੰਦੀਆਂ ਉਹਨਾਂ ਨੂੰ, ਇੱਕ ਤਾਂ ਹੱਥ ਪੈਰ ਪੀਲੇ ਪੈਣ ਲੱਗ ਜਾਂਦੇ ਨੇ, ਦੂਜਾ ਉਹਨਾਂ ਨੂੰ ਕਬਜ਼ ਰਜਮੀ ਲਹੂਗੀ। ਜਦੋਂ ਦੋਏ ਚੀਜ਼ਾਂ ਤੋਂ ਤੁਹਾਨੂੰ ਮੋੜ ਦਿਖਾਉਣ ਲੱਗ ਜਾਣਾ, ਹੱਥਾਂ ਪੈਰਾਂ ਦੇ ਚਿਹਰੇ 'ਤੇ ਚਮਕਾਉਣ ਲੱਗ ਜਾਣੀ, ਤੁਹਾਨੂੰ ਆਪਣੇ ਆਪ ਸੰਕੇਤ ਆ, ਪੇਟ ਤੁਹਾਡਾ ਸਾਫ਼ ਹੋਣ ਲੱਗ ਜਾਣਾ, ਤੁਹਾਨੂੰ ਆਪਣੇ ਆਪ ਲੱਗਣਾ ਵੀ ਵਾਕਈ ਮੇਰੇ ਸਰੀਰ 'ਚ ਤਾਂ ਐਨਰਜੀ ਪੈਣ ਲੱਗ ਗਈ। ਸੋ ਤੁਸੀਂ ਦੇਖੋ, ਬਹੁਤ ਸਾਰਿਆਂ ਦੇ ਮੂੰਹ 'ਚ ਇਹ ਪਾਣੀ, ਇਹ ਰੰਗਾ ਵੇਖ ਕੇ ਪਾਣੀ ਵੀ ਆ ਗਿਆ ਹੋਣਾ, ਇਹ ਪਾਣੀ ਦੇਖ ਕੇ। ਪਰ ਵੈਜੀ ਦਾ ਕਹਿਣਾ ਕਿ ਇਹ ਪਾਣੀ ਜਿਹੜਾ ਇਸ ਲੱਕੜ ਨੇ ਜਿਹੜੀ ਇਹਦੇ ਵਿੱਚ ਪਾਈ ਹੋਈ ਹੈ, ਰਾਤ ਭਰ ਭਿਉਂ ਕੇ ਅਗਰ ਅਸੀਂ ਇਹਦੇ ਵਿੱਚ ਰੱਖਾਂਗੇ ਤਾਂ ਇਹ ਪਾਣੀ ਨਹੀਂ, ਇਹ ਅੰਮ੍ਰਿਤ ਬਣ ਗਿਆ ਸ਼ੂਗਰ ਵਾਲਿਆਂ ਵਾਸਤੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਜੇਕਰ ਪੂਰੀ ਦੁਨੀਆ ਦੀ ਗੱਲ ਕਰੀਏ ਅਸੀਂ, ਤਾਂ ਇੱਕ ਰੋਗ ਇਸ ਤਰ੍ਹਾਂ ਦਾ ਰੋਗ ਹੈ ਜਿਸ ਨੇ ਪੂਰੀ ਦੁਨੀਆ ਨੂੰ ਘੁਮਾਇਆ ਪਿਆ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਮੁਕਾਬਲੇ ਜਿਹੜਾ ਉਹ ਰੋਗ ਹੈ ਉਹ ਪਿੰਡਾਂ ਵਾਲਿਆਂ ਨੂੰ ਜ਼ਿਆਦਾ ਹੋ ਰਿਹਾ। ਕਿਹੜਾ ਰੋਗ ਹੈ, ਕੀ ਹੱਲ ਹੈ, ਕਿਵੇਂ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ, ਇਸ ਰੋਗ ਦੇ ਬਾਬਤ ਅਸੀਂ ਅੱਜ ਗੱਲਬਾਤ ਕਰਨ ਵਾਲੇ ਹਾਂ। ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ, ਵੈਦ ਜਗਰੂਪ ਸਿੰਘ ਭੰਗੂ ਜੀ ਕੋਲ। ਸਮਝਾਂਗੇ ਕਿ ਕਿਸ ਰੋਗ ਬਾਬਤ ਉਹ ਗੱਲ ਕਰ ਰਹੇ ਨੇ, ਕਿਸ ਰੋਗ ਬਾਬਤ ਤੁਹਾਨੂੰ ਸਮਝਾ ਰਹੇ ਨੇ, ਜਿਨ੍ਹਾਂ ਨੇ
ਘਰਾਂ ਦੇ ਘਰ ਇਸ ਵੇਲੇ ਬਰਬਾਦ ਕੀਤੇ ਪਏ ਨੇ। ਗੋਲੀਆਂ, ਕੈਪਸੂਲ, ਟੀਕੇ ਤੱਕ ਲੋਕ ਉਸ ਰੋਗ ਨੂੰ ਠੀਕ ਕਰਨ ਵਾਸਤੇ ਰੋਜ਼ਮਰਰਾ ਦੇ ਜ਼ਿੰਦਗੀ ਦੇ ਵਿੱਚ ਅਪਣਾ ਰਹੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ, ਕਿਹੜੇ ਰੋਗ ਦੀ ਤੁਸੀਂ ਗੱਲ ਕਰ ਰਹੇ ਹੋ? ਤੁਸੀਂ ਕਹਿ ਰਹੇ ਸੀ ਅੱਜ ਉਸ ਰੋਗ ਬਾਬਤ ਅਸੀਂ ਗੱਲ ਕਰਾਂਗੇ ਕਿ ਜਿਹੜਾ ਪੂਰੀ ਦੁਨੀਆ ਹੀ ਨਹੀਂ, ਮੁਲਕ ਹੀ ਨਹੀਂ, ਸਗੋਂ ਪੰਜਾਬ ਦੇ ਹਰ ਚੌਥੇ ਪੰਜਵੇਂ ਬੰਦੇ ਨੂੰ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋ ਰਿਹਾ। ਫਿਲਹਾਲ 8ਵੇਂ ਨੰਬਰ 'ਤੇ ਆ, ਪਰ ਆਉਣ ਵਾਲੇ ਟਾਈਮ 'ਚ ਇਹ 3ਵੇਂ 4ਵੇਂ ਨੰਬਰ 'ਤੇ ਆ ਜਾਣਾ। ਜੀ ਜੀ, 3ਵੇਂ 4ਵੇਂ ਨੰਬਰ 'ਤੇ ਛੱਡੋ, ਤੁਸੀਂ 1 ਨੰਬਰ 'ਤੇ ਰੋਗ ਹੋਊਗਾ ਜੀ, ਜਿਹਨੂੰ ਆਪਾਂ ਪਰਮੇਹ ਕਹਿ ਦਿੰਦੇ ਹਾਂ, ਮਧੂਮੇਹ ਕਹਿ ਦਿੰਦੇ ਹਾਂ, ਜਿਹੜਾ ਹਰ ਇੱਕ ਤੀਜਾ ਬੰਦਾ ਇਹ ਤੋਂ ਪੀੜਿਤ ਹੋਇਆ ਹੋਇਆ। ਅਸੀਂ ਡਾਕਟਰ ਇਹਨੂੰ ਬਹੁਤ ਵੱਡੀ ਬਿਮਾਰੀ ਮੰਨਦੇ ਹਾਂ, ਪਰ ਅਸੀਂ ਨਹੀਂ ਮੰਨਦੇ, ਅਸੀਂ ਤਾਂ ਇਹਨੂੰ ਬਿਮਾਰੀ ਹੀ ਨਹੀਂ ਮੰਨਦੇ। ਜਿਹੜਾ ਇਨਸਾਨ ਤੁਸੀਂ ਇਹ ਕਹਿ ਲਓ ਵੀ ਆਪਣੀ ਡੇਲੀ ਦੀ ਜ਼ਿੰਦਗੀ ਦੇ ਵਿੱਚ, ਆਪਣੀ ਸਿਰਫ ਰੋਜ਼ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ 1 ਘੰਟਾ ਆਪਣੇ ਲਈ ਕੱਢਦਾ, ਆਪਣੇ ਲਈ ਕੱਢਦਾ ਮਤਲਬ ਆਪਣੇ ਲਈ ਕਸਰਤ ਕਰਦਾ, ਆਪਣੇ ਰੋਮਾਂ ਦੇ ਵਿੱਚੋਂ ਪਸੀਨਾ ਕੱਢਦਾ, ਤਾਂ ਸਵਾਲ ਨਹੀਂ ਪੈਦਾ ਹੋ ਸਕਦਾ ਵੀ ਜਿਹੜਾ ਸ਼ੂਗਰ ਦਾ ਰੋਗ ਉਹਨੂੰ ਘੇਰ ਲਵੇ ਜਾਂ ਜਿਨ੍ਹਾਂ ਨੂੰ ਹੋਇਆ ਹੋਇਆ ਉਹਨਾਂ ਦਾ ਨਾ ਹਟੇ। ਇੱਕ ਇੰਨਾ ਕੁ ਸੌਖਾ ਤਰੀਕਾ, ਪਰ ਡਾਕਟਰਾਂ ਨੇ ਇੰਨਾ ਕੁ ਜ਼ਿਆਦਾ ਤੁਹਾਡੇ ਦਿਮਾਗ ਦੇ ਵਿੱਚ ਇਸ ਰੋਗ ਨੂੰ ਹਾਵੀ ਕਰਤਾ, ਤੁਹਾਨੂੰ ਡਰਾਤਾ ਵੀ ਨਾ ਸਾਰੀ ਜ਼ਿੰਦਗੀ ਗੋਲੀ ਖਾਣੀ ਪਊਗੀ, ਸਾਰੀ ਜ਼ਿੰਦਗੀ ਇਹਦਾ, ਜਾਂ ਜਿਨ੍ਹਾਂ ਦੇ ਇੰਸੂਲਿਨ ਲੱਗਣ ਲੱਗ ਗਿਆ ਸਾਰੀ ਜ਼ਿੰਦਗੀ ਇੰਸੂਲਿਨ ਲਾਉਣਾ ਪਊਗਾ ਨਾ। ਕਦੇ ਅਸੀਂ ਕੀ ਕਰਦੇ ਹਾਂ ਜੀ, ਅਸੀਂ ਕਦੇ ਵੀ ਆਪਣੇ ਡਾਕਟਰ ਨੂੰ ਇਹ ਸਵਾਲ ਨਹੀਂ ਕਰਦੇ ਸਾਰੀ ਜ਼ਿੰਦਗੀ ਤੁਸੀਂ ਗੋਲੀ ਖਾਓਗੇ ਜਾਂ ਸਾਰੀ ਜ਼ਿੰਦਗੀ ਤੁਸੀਂ ਇੰਜੈਕਸ਼ਨ ਲਾਓਗੇ, ਵੀ ਇਹਦਾ ਹੱਲ ਕਦੋਂਗਾ ਹੋਊਗਾ, ਹੱਲ ਕਿਸ ਟਾਈਮ ਹੋਊਗਾ। ਇਹ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਸਰੀਰ ਨੂੰ ਜਿਹੜਾ ਧੋਖਾ ਦੇ ਰਹੇ ਹਾਂ। ਮਤਲਬ ਜਿਹੜੇ ਸ਼ੂਗਰ ਨੂੰ ਲੈ ਕੇ ਡਾਕਟਰ ਤਾਂ ਇਹ ਕਹਿੰਦੇ ਨੇ ਵੀ ਸਾਰੀ ਜ਼ਿੰਦਗੀ ਖਾਣੀ ਪਊਗੀ, ਜੇ ਇੰਸੂਲਿਨ ਇੰਜੈਕਟ ਹੋਣ ਲੱਗ ਜਾਵੇ ਉਹ ਕਹਿੰਦੇ ਜੀ ਸਾਰੀ ਜ਼ਿੰਦਗੀ ਇੰਸੂਲਿਨ ਇੰਜੈਕਟ ਹੋਊਗਾ, ਪਰ ਯੰਗ ਵੈਦੇ ਨੂੰ ਬਿਮਾਰੀ ਨਹੀਂ ਮੰਨਦਾ। ਨਹੀਂ ਜੀ, ਮੈਂ ਇਹਨੂੰ ਬਿਮਾਰੀ ਨਹੀਂ ਮੰਨਦਾ। ਅਸਲ ਦੇ ਵਿੱਚ ਗੱਲ ਪਤਾ ਕੀ ਹੈ ਜੀ, ਜਿਹੜਾ ਇਨਸਾਨ ਅੱਜ ਦਾ ਇਨਸਾਨ ਆ ਨਾ, ਉਹ ਡਾਕਟਰ ਦਾ ਗੁਲਾਮ ਹੈ। ਡਾਕਟਰ ਨੇ ਉਹਦੇ ਗਲ ਦੇ ਵਿੱਚ ਪੱਟਾ ਪਾ ਲੈਣਾ, ਕੁੱਤੇ ਵਾਂਗੂ ਘੁਮਾਈ ਜਾਣਾ, ਜਿੱਧਰ ਨੂੰ ਖਿੱਚਦਾ ਡਾਕਟਰ ਨੂੰ ਜਿਹੜਾ ਅੱਜ ਦਾ ਮਰੀਜ਼ ਹੈ ਉਹ ਉੱਧਰ ਨੂੰ ਜਾਂਦਾ। ਇਹ ਅਸਲੀਅਤ ਅੱਜ ਦੇ ਸਮੇਂ ਦੀ, ਮਰੀਜ਼ ਆਪਣੇ ਬਾਰੇ, ਆਪਣੇ ਸਰੀਰ ਬਾਰੇ ਤਾਂ ਕੋਈ ਮਰੀਜ਼ ਸੋਚ ਹੀ ਨਹੀਂ ਰਿਹਾ। ਜੇ ਅਸੀਂ ਵੀ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਆਹ ਬਿਮਾਰੀ ਇੱਦਾਂ ਠੀਕ ਹੋਣੀ ਹੈ, ਇਹਦਾ ਇੰਨਾ ਪਰਹੇਜ਼ ਰੱਖ ਲਓ, ਮੈਂ ਇੱਕ ਚੀਜ਼ ਦਾਅਵੇ ਨਾਲ ਕਹਿਣਾ ਵੀ ਕੋਈ ਵੀ ਦਵਾਈ ਹੈ, ਚਾਹੇ ਸਾਡੀਆਂ ਦਵਾਈਆਂ, ਤੁਹਾਨੂੰ ਪ੍ਰੋਪਰ 100% ਠੀਕ ਨਹੀਂ ਕਰ ਸਕਦੀਆਂ। ਕਦੇ ਵੀ ਕੋਈ ਦਵਾਈ ਤੁਸੀਂ ਖਾਂਦੇ ਹੋ ਤਾਂ 50% ਤੁਹਾਨੂੰ ਆਰਾਮ ਦਿੰਦੀ ਹੈ, 50% ਤੁਹਾਡਾ ਪਰਹੇਜ਼ ਔਰ ਤੁਹਾਡੀ ਵਰਜਿਸ਼ ਜਿਹੜੀ ਤੁਹਾਨੂੰ ਠੀਕ ਕਰਦੀ ਹੈ। ਪਰ ਲੋਕ ਇਸ ਚੀਜ਼ ਨੂੰ ਜਿਹੜਾ ਹੈਗਾ ਤੁਸੀਂ ਕਹਿ ਲਓ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ। ਹਰ ਬੰਦਾ ਇਹੀ ਕਹਿੰਦਾ ਵੀ ਸਾਨੂੰ ਸਿਰਫ ਦਵਾਈ ਖਾਣੀ ਪਵੇ, ਦਵਾਈ ਖਾ ਕੇ ਅਸੀਂ ਠੀਕ ਹੋ ਜਾਈਏ। ਪਰ ਮੇਰੇ ਕੋਲ ਉਹ ਬੰਦਾ ਫੜ ਕੇ ਲਿਆ ਦਿਓ, ਇੱਕ ਵੀ ਬੰਦਾ ਫੜ ਕੇ ਲਿਆ ਦਿਓ ਜਿਹੜਾ ਬੰਦਾ ਦਵਾਈ ਖਾ ਕੇ ਪੱਕੇ ਤੌਰ 'ਤੇ ਠੀਕ ਹੋਇਆ ਵੀ ਹਾਂ ਮੈਂ ਸ਼ੂਗਰ ਦੀ ਦਵਾਈ ਜਾਂ ਬੀ ਪੀ ਦੀ ਦਵਾਈ ਖਾ ਕੇ ਮੈਂ ਠੀਕ ਹੋ ਗਿਆ। ਜਦ ਤੱਕ ਤੁਸੀਂ ਆਪਣੀ ਦਿਨ ਚਰਿਆ ਨੂੰ ਨਹੀਂ ਬਦਲਦੇ ਤਾਂ ਇਨਸਾਨ ਦੀ ਜਿਹੜੀ ਬਿਮਾਰੀ ਹੈ, ਰੋਗ ਹੈ, ਤਾਂ ਕਦੇ ਵੀ ਉਹ ਸਰੀਰ ਦੇ ਵਿੱਚੋਂ ਬਾਹਰ ਨਹੀਂ ਜਿਹੜਾ ਨਿਕਲਦਾ। ਅੱਛਾ, ਅਤੇ ਫਿਰ ਸ਼ੂਗਰ ਦੇ ਕਾਰਨ ਤੁਹਾਡੇ ਮੁਤਾਬਕ, ਕਿਉਂਕਿ ਹੁਣ ਤੱਕ ਤਾਂ ਤੁਸੀਂ ਸੈਂਕੜੇ ਮਰੀਜ਼ਾਂ ਨਾਲ ਡੀਲ ਕਰ ਚੁੱਕੇ ਹੋ, ਹਜ਼ਾਰਾਂ ਦੀ ਠੀਕ ਕਰ ਚੁੱਕੇ ਹੋ, ਰਿਵਰਸਲ ਕਰ ਚੁੱਕੇ ਹੋ ਸ਼ੂਗਰ ਹੈ ਜਿਹੜੀ, ਸਭ ਤੋਂ ਵੱਡਾ ਕਾਰਨ ਤੁਹਾਨੂੰ ਕੀ ਜਾਪਦਾ ਜੀ ਜਿਹੜਾ ਸ਼ੂਗਰ ਦਾ? ਸਭ ਤੋਂ ਵੱਡਾ ਕਾਰਨ ਹੈ ਵੀ ਸਰੀਰ 'ਚੋਂ ਗਰਮੀ ਉਹ ਨਹੀਂ ਕੱਢਦਾ ਅੱਜ ਦੇ ਸਮੇਂ ਦੇ ਵਿੱਚ ਕੋਈ। ਤੁਸੀਂ ਦੇਖੋ, ਹਰੇਕ ਬੰਦਾ, ਗਰਮੀ ਸ਼ੁਰੂ ਹੋ ਗਈ, ਹਰੇਕ ਬੰਦਾ ਚਾਹੁੰਦਾ ਵੀ ਮੈਂ ਏ ਸੀ ਦੇ ਵਿੱਚ ਰਹਾਂ, ਹਰ ਬੰਦਾ, ਠੀਕ ਹੈ ਜੀ। ਏ ਸੀ ਦੇ ਵਿੱਚ ਰਹੂਗਾ ਬੰਦਾ, ਤੁਹਾਡਾ ਜੀ ਰੋਮ ਰੋਮ ਉਹਨੇ ਬੰਦ ਕਰ ਦੇਣਾ, ਤੁਹਾਡੇ ਸਰੀਰ ਦੇ ਵਿੱਚੋਂ ਜਿਹੜਾ ਮੋਇਸਚਰ ਹੈ ਉਹ ਵੀ ਖਤਮ ਕਰ ਦੇਣਾ ਉਹਨੇ, ਉਹ ਖਤਮ ਹੋਊਗਾ, ਤੁਹਾਡੀ ਪਾਚਨ ਤੰਤਰ ਤੁਹਾਡਾ ਖਰਾਬ, ਤੁਹਾਡੇ ਪਸੀਨਾ ਅੰਦਰੋਂ ਨਿਕਲਣਾ ਨਹੀਂ, ਤੁਹਾਨੂੰ ਉਸ ਉੱਤੋਂ ਤੁਸੀਂ ਖਾਣਾ ਕੀ ਹੈ,
ਮੈਦੇ ਤੋਂ ਬਣਿਆ ਸਾਰਾ ਕੁਛ, ਠੀਕ ਹੈ ਜੀ। ਜਿਹੜੀ ਅਸਲ ਤੁਸੀਂ ਦੇਖੋ ਹੁਣ ਆਟਾ, ਜਿਹੜਾ ਕਣਕ ਦਾ ਆਟਾ, ਉਹਦੀ ਅਸਲੀ ਲਾਈਫ ਹੈ ਪੁਰਾਤਨ ਉਹਦੇ ਗ੍ਰੰਥਾਂ ਦੇ ਹਿਸਾਬ ਨਾਲ ਜਾਂ ਅਸਲ ਤਰੀਕੇ ਨਾਲ ਚੱਲੀਏ ਤਾਂ ਉਹ 14 ਦਿਨ ਦੀ ਲਾਈਫ ਹੈ ਉਹਦੀ। ਅਸੀਂ ਕੀ ਕਰਦੇ ਹਾਂ ਉਹਨੂੰ 2-2 ਮਹੀਨੇ ਬਾਅਦ ਪਸਾ ਕੇ ਰੱਖਦੇ ਹਾਂ, ਥੈਲੇ ਭਰ ਭਰ ਕੇ ਜਾਂ ਢੋਲ ਭਰ ਭਰ ਕੇ ਰੱਖ ਲੈਣੇ ਆ, ਸਾਡੇ ਆਮ ਹੈ। ਤੁਸੀਂ ਬਾਜ਼ਾਰਾਂ ਦੇ ਵਿੱਚ ਚਲੇ ਜਾਓ, ਉਹ ਵੀ ਤੁਹਾਡਾ ਆਟਾ ਪੀਸਿਆ ਹੋਇਆ, ਪ੍ਰਜ਼ਰਵੇਟਿਵ ਲੱਗੇ ਹੋਏ ਉਹਨੂੰ ਜਿਹੜੇ ਖਰਾਬ ਹੋਣ ਤੋਂ ਬਚਾਉਂਦੇ ਆ, ਉਹ ਕਿੰਨੇ ਦੇਰ ਦਾ, 6-6 ਮਹੀਨੇ ਦਾ ਬਣਿਆ ਪਿਆ। ਪਹਿਲਾਂ ਤਾਂ ਜਾਲਾ ਲੱਗ ਜਾਂਦਾ ਸੀ, ਮੈਂ ਦੇਖਦਾ ਸੀ ਜੇਕਰ ਜ਼ਿਆਦਾ ਟਾਈਮ ਨਾ ਖੁੱਲ੍ਹੇ। ਅੱਜ ਕੱਲ੍ਹ ਤਾਂ ਜਾਲੇ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ, 2-2 ਮਹੀਨੇ 3-3 ਮਹੀਨੇ ਨਿਸ਼ਾਨ। ਜਿਹੜੀਆਂ ਦਵਾਈਆਂ ਉਹਦੇ ਵਿੱਚ ਪੈਂਦੀਆਂ ਨੇ ਜੀ, ਉਹ ਨਹੀਂ ਹੋਣ ਦਿੰਦੀਆਂ, ਠੀਕ ਹੈ ਜੀ। ਉਹਨੂੰ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ, ਹੁਣ ਮੰਨ ਲਓ ਵੀ ਕੋਈ ਬੰਦਾ ਜਾਂ ਕੋਈ ਜਾਨਵਰ ਹੈ ਉਹਦੇ ਐਕਸਪੈਰੀਮੈਂਟ ਕਰਦੇ ਹਾਂ ਕੋਈ, ਹੈ ਨਾ, ਕੋਈ ਵੀ ਡਾਕਟਰ ਜਾਂ ਐਕਸਪੈਰੀਮੈਂਟ, ਉਹਨੂੰ ਕੀ ਲਾਉਂਦੇ ਆ, ਉਹਨੂੰ ਫਾਰਮਲਿਨ ਲਾਉਂਦੇ ਆ। ਉਹ ਕਿੱਡਾ ਖਤਰਨਾਕ ਕੈਮੀਕਲ ਹੈ, ਤੁਸੀਂ ਆਮ ਉਹਦੇ ਸਾਹਮਣੇ ਖੜ ਜਾਓਗੇ ਤੁਹਾਡੀਆਂ ਅੱਖਾਂ ਨੂੰ ਚੜੂਗਾ ਉਹ, ਠੀਕ ਹੈ ਜੀ। ਇੰਨੇ ਜਦੋਂ ਇਹੋ ਜਿਹੇ ਫੂਡ ਦੇ ਵਿੱਚ ਥੋੜ੍ਹੀ ਜਿਹੀ ਮਾਤਰਾ 'ਚ ਵੀ ਇੱਦਾਂ ਦੇ ਕੈਮੀਕਲ ਪੈਂਦੇ ਆ, ਤੁਸੀਂ ਇਹ ਦੇਖੋ ਵੀ ਉਹ ਇੱਕ ਮਰਿਆ ਹੋਇਆ ਅੰਨ ਖਾ ਰਹੇ ਹੋ, ਤੁਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਉਹ ਠੀਕ ਕਰੂਗਾ ਜਾਂ ਉਹ ਕਰੂਗਾ। ਤੁਸੀਂ ਮੇਰੀ ਇੱਕ ਗੱਲ ਤੁਸੀਂ ਅੱਜ ਨੋਟ ਰੱਖਿਓ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ 10-15 ਸਾਲਾਂ ਦੇ ਵਿੱਚ ਜਿਹੜੇ ਸਾਡੇ ਅੱਜ ਕੱਲ੍ਹ ਚਿੱਟੀਆਂ ਦਾੜੀਆਂ ਵਾਲੇ ਲੋਕ ਹੈ, ਇਹ ਤੁਹਾਨੂੰ ਲੱਭਣਗੇ ਨਹੀਂ। ਕਿਉਂ? ਕਿਉਂਕਿ ਉਹਨਾਂ ਦੀ ਜਿਹੜੀ ਹੋਂਦ ਆ ਉਹ ਖਤਮ ਹੋ ਜਾਣੀ ਹੈ, ਜਿਹੜੇ ਹੁਣ ਸਾਡੇ ਜਿੰਨੇ ਬਾਬੇ ਆ ਉਹ ਖਤਮ ਹੋ ਜਾਣੇ ਆ, ਕਿਉਂਕਿ ਅਸੀਂ ਬਿਮਾਰੀਆਂ ਨੂੰ ਇੰਨਾ ਹੀ ਆਪਣੇ ਉੱਤੇ ਸਹੇੜ ਲਿਆ, ਘੇਰ ਲਿਆ। ਅਸੀਂ ਠੀਕ ਹੋਣਾ ਚਾਹੁੰਦੇ ਨਹੀਂ, ਜਿਹੜੇ ਲੋਕ ਸਾਡੇ ਉਹ ਠੀਕ ਨਹੀਂ ਹੋਣਾ ਚਾਹੁੰਦੇ। ਬੁਢਾਪਾ ਆਇਆ ਹੀ ਨਹੀਂ ਕਰੇਗਾ, ਬੁਢਾਪਾ ਆਇਆ ਹੀ ਨਹੀਂ ਕਰੇਗਾ, ਬੁਢਾਪੇ ਤੋਂ ਪਹਿਲਾਂ ਹੀ ਲੋਕ, ਤੁਸੀਂ ਦੇਖੋ 30-35 ਸਾਲ ਦਿਆਂ ਲੋਕਾਂ ਨੂੰ, ਨੌਜਵਾਨਾਂ ਨੂੰ ਜਿਹੜੇ ਹਾਰਟ ਅਟੈਕ ਹੋ ਰਹੇ ਹੈ, ਤੁਸੀਂ ਦੇਖੋ ਕਦੇ ਉਹ ਨੌਜਵਾਨ ਜਾਂ ਕਦੇ ਉਹ ਇਨਸਾਨ ਸੋਚਦਾ ਵੀ ਸਾਨੂੰ ਹਾਰਟ ਅਟੈਕ ਹੁੰਦਾ ਕਿਉਂ ਆ? ਸਿਰਫ ਉਹ ਸਭ ਤੋਂ ਪਹਿਲਾਂ ਕੀ ਸੋਚਦਾ? ਦਵਾਈ ਲੈਣ ਬਾਰੇ ਸੋਚਦਾ। ਉਹ ਇਹ ਤਾਂ ਸੋਚਦਾ ਹੀ ਨਹੀਂ ਵੀ ਇਹਨੂੰ ਠੀਕ ਕਿਵੇਂ ਕਰਨਾ, ਵੀ ਇਹ ਆਉਂਦਾ ਕਿਉਂ ਆ, ਇਸ ਚੀਜ਼ ਨੂੰ ਤਾਂ ਕਦੇ ਸੋਚਿਆ ਹੀ ਨਹੀਂ। ਕਿਉਂ ਆਪਾਂ ਗੱਲ ਉਹ ਕਰੀਏ ਵੀ ਸਿਰਫ ਆਪਾਂ ਡਾਕਟਰ ਦੇ ਗੁਲਾਮ ਬਣੇ ਹੋਏ ਹਾਂ, ਜਿੱਧਰ ਨੂੰ ਖਿੱਚ ਕੇ ਲਿਜਾਈ ਜਾਂਦਾ ਅਸੀਂ ਉੱਧਰ ਨੂੰ ਜਾਈ ਜਾਂਦੇ ਹਾਂ, ਅਸੀਂ ਆਪਣੇ ਸਰੀਰ ਬਾਰੇ ਸੋਚ ਨਹੀਂ ਰਹੇ ਵੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਠੀਕ ਕਿਵੇਂ ਰੱਖਣਾ। ਅੱਛਾ, ਬਹੁਤ ਵਾਰ ਹੁੰਦਾ ਜੀ ਡਾਕਟਰ ਸਾਹਿਬ ਕਿ ਯਕ ਲਖਤ ਅਸੀਂ ਅਚਾਨਕ ਆਪਣਾ ਬਲੱਡ ਦੇਣ ਗਏ ਕਿਸੇ ਨੂੰ, ਤਾਂ ਉਹਨਾਂ ਨੇ ਸਾਡਾ ਸ਼ੂਗਰ ਚੈੱਕ ਕੀਤਾ ਅਤੇ ਸ਼ੂਗਰ ਬਲਾਸਟ ਕਰ ਗਿਆ। ਮਤਲਬ ਸ਼ੂਗਰ ਹੋਣ ਤੋਂ ਪਹਿਲਾਂ ਕੁਛ ਸਰੀਰ ਸੰਕੇਤ ਵਗੈਰਾ ਦਿੰਦਾ ਹੈ, ਜਾਂ ਸਾਨੂੰ ਕਿਵੇਂ ਪਤਾ ਲੱਗੇ ਜੀ ਸਾਨੂੰ ਸ਼ੂਗਰ ਹੋਣ ਵਾਲਾ ਹੈ ਜਾਂ ਹੋ ਗਿਆ? ਦੇਖੋ, ਸ਼ੂਗਰ ਹੋਣ ਤੋਂ ਸਭ ਤੋਂ ਪਹਿਲਾਂ ਸੰਕੇਤ ਇਹੀ ਦਿੰਦਾ ਵੀ ਤੁਹਾਨੂੰ ਸਭ ਤੋਂ ਵੱਧ ਕਮਜ਼ੋਰੀ ਪੈਣ ਲੱਗ ਜਾਂਦੀ ਹੈ ਜੀ। ਦੂਜਾ ਨੰਬਰ ਜਾਂ ਤਾਂ ਕਈਆਂ ਦਾ ਵਜਨ ਘਟਣ ਲੱਗ ਜਾਂਦਾ, ਤੀਜਾ ਨੰਬਰ ਪਿਸ਼ਾਬ ਕਈਆਂ ਨੂੰ ਬਹੁਤ ਆਉਣ ਲੱਗ ਜਾਂਦਾ। ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਵੀ ਕਿਸੇ ਨੂੰ ਹਜ਼ਾਰਾਂ ਪਿੱਛੇ ਇੱਕ ਨੂੰ ਸ਼ੂਗਰ ਹੁੰਦਾ ਸੀ, ਅਤੇ ਸਾਡੀਆਂ ਦਾਦੀਆਂ ਪੜਦਾਦੀਆਂ ਇਹ ਕਹਿੰਦੇ ਹੁੰਦੀਆਂ ਸੀ ਕਿ ਵੀ ਇਹਦੇ ਪਿਸ਼ਾਬ 'ਤੇ ਕੀੜੇ ਆਉਣਗੇ, ਵੀ ਕੀੜੇ ਆਉਂਦੇ ਨੇ ਇਹਦੇ ਪਿਸ਼ਾਬ 'ਤੇ ਵੀ ਇਹਨੂੰ ਸ਼ੂਗਰ ਹੋਊਗਾ, ਪ੍ਰਮੇਹ ਵੱਧ ਗਿਆ ਇਹਦੇ ਖੂਨ ਦੇ ਵਿੱਚ, ਪਿਸ਼ਾਬ ਦੇ ਵਿੱਚ ਮਿੱਠਾ ਵੱਧ ਗਿਆ, ਠੀਕ ਹੈ ਜੀ। ਕਿੰਨਾ ਮਤਲਬ ਵੱਡਾ ਉਹਨਾਂ ਦਾ ਟੈਕਨੀਕਲ ਜਿਹੜਾ ਹੈਗਾ ਸੀਗਾ, ਕਿੰਨਾ ਦਿਮਾਗ ਸੀਗਾ। ਸਾਡੇ ਲੋਕ ਇੱਧਰ ਜਿਹੜੇ ਹੈਗੇ ਆ ਉਹ ਟੈਸਟ ਕਰਾਉਣਗੇ, ਟੈਸਟ ਕਰਾ ਕੇ ਫਿਰ ਡਾਕਟਰ ਕਹਾ ਉਹਨਾਂ ਨੂੰ ਡਰਾ ਇੰਨਾ ਹੀ ਦਿੰਦਾ ਵੀ ਤੈਨੂੰ ਤਾਂ ਸ਼ੂਗਰ ਹੋ ਗਿਆ। ਸਾਡੇ ਲੋਕਾਂ ਦੇ ਐਡਾ ਕੁ ਹਊਆ ਬਣਿਆ ਹੋਇਆ ਅੰਦਰ ਵੀ ਸ਼ੂਗਰ ਪਤਾ ਨਹੀਂ ਕੀ ਆ, ਵੀ ਖਨੀ ਸ਼ਾਇਦ ਕੈਂਸਰ ਤੋਂ ਵੀ ਮਾੜਾ ਇਹ, ਜਦਕਿ ਗੱਲ ਅਸੀਂ ਇਹਨੂੰ ਬਿਮਾਰੀ ਉਹ ਨਹੀਂ ਮੰਨਦੇ ਹੈਗੇ। ਜੇ ਬੰਦਾ ਠੀਕ ਕਰਨ ਪਰ ਆਵੇ, ਤੁਸੀਂ ਇਹ ਕਹਿ ਲਓ ਵੀ ਬਿਨਾਂ ਦਵਾਈਆਂ ਤੋਂ ਇਹਨੂੰ ਤੁਸੀਂ ਠੀਕ ਕਰ ਸਕਦੇ ਹੋ ਸ਼ੂਗਰ ਨੂੰ? ਹਾਂ, ਸ਼ੂਗਰ ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਜੇ, ਮੈਂ ਤਾਂ ਇਹ ਕਹਿੰਦਾ। ਸ਼ੂਗਰ ਕੋਈ ਬਿਮਾਰੀ ਉਹ ਨਹੀਂ, ਦਵਾਈ ਖਾਣ ਦੀ ਜ਼ਰੂਰਤ ਹੈ ਨਹੀਂ। ਆਪਣਾ ਡੇਲੀ ਦਾ ਅੱਜ ਕੱਲ੍ਹ ਇੱਕ ਫੈਸ਼ਨ ਤੁਰਿਆ ਹੋਇਆ, ਤੁਸੀਂ ਇਹ ਦੇਖ ਲਓ, ਪੁਰਾਣੇ ਸਮੇਂ 'ਚ ਸਾਡੇ ਬਜ਼ੁਰਗ ਵਧੀਆ ਖੁਰਾਕਾਂ ਖਾਂਦੇ ਸੀਗੇ, ਹੈ ਨਾ, ਕਦੇ ਬਿਮਾਰ ਦੇਖਿਆ ਸੀ ਹੁੰਦਾ? ਅੱਜ ਕੱਲ੍ਹ ਲੋਕ 8-8, 10-10 ਹਜ਼ਾਰ ਰੁਪਇਆ ਡਾਈਟੀਸ਼ੀਨਾਂ ਨੂੰ ਦਿੰਦੇ ਨਹੀਂ ਯਾਰ, ਠੀਕ ਫੇਰ ਨਹੀਂ ਰਹਿੰਦੇ। 10-10 ਹਜ਼ਾਰ ਰੁਪਇਆ ਡਾਈਟੀਸ਼ੀਨਾਂ 'ਤੇ ਲਾਉਂਦੇ ਆ, ਜਿਹੜੀ ਤੁਸੀਂ ਪੈਸਾ ਉਹ ਡਾਈਟੀਸ਼ੀਨਾਂ 'ਤੇ ਖਰਚਦੇ ਆ, ਮੈਨੂੰ ਉਹ ਵੀ ਮਾੜਾ ਕਹਿਣਗੇ। ਤੁਸੀਂ ਉਹ ਚੀਜ਼ ਉਹਨਾਂ ਦੀ, ਤੁਸੀਂ ਵਧੀਆ ਖੁਰਾਕ ਖਾ ਲਓ, ਉਨਾ ਟਾਈਮ 'ਚ ਤੁਸੀਂ ਵਰਜਿਸ਼ ਕਰ ਲਓ, ਤੁਸੀਂ ਵੈਸੇ ਹੀ ਤੰਦਰੁਸਤ ਹੋ ਜਾਓਗੇ। ਤੁਸੀਂ ਕਿਉਂ ਆਪਣੇ ਸਰੀਰਾਂ ਨੂੰ ਜਿਹੜੇ ਹੈਗੇ ਆ ਪੱਟੀ ਮੇਸ ਕਰਨ ਲੱਗੇ ਹੋਏ ਹੋ? ਸੋ ਇਹ ਦੇਖੋ, ਡਾਕਟਰ ਸਾਹਿਬ ਨੇ ਲੱਕੜ ਰੱਖੀ ਹੋਈ ਹੈ। ਡਾਕਟਰ ਸਾਹਿਬ ਦਾ ਕਹਿਣਾ ਕਿ ਜਿਹੜੀ ਇਹ ਲੱਕੜ ਹੈਗੀ ਹੈ ਸ਼ੂਗਰ ਦਾ ਰਾਮਬਾਣ ਇਲਾਜ ਹੈਗਾ, ਅਤੇ ਜਿਹੜਾ ਇਹ ਲੱਕੜ ਦੀ ਵਰਤੋਂ ਸਿੱਖ ਜਾਏਗਾ
ਇਸ ਲੱਕੜ ਦਾ ਉਪਯੋਗ ਸਿੱਖ ਜਾਏਗਾ ਤਾਂ ਉਹ ਜਿਸ ਨਾਲ ਹੱਥ ਮਿਲਾਏਗਾ, ਮਜ਼ਾਕ ਦੇ ਲਹਿਜ਼ੇ 'ਚ ਮੈਂ ਕਹਿ ਰਿਹਾ ਕਿ ਉਹਨੂੰ ਵੀ ਸ਼ੂਗਰ ਨਹੀਂ ਹੋਏਗਾ ਜਿਸ ਨਾਲ ਉਹਨੇ ਹੱਥ ਮਿਲਾ ਲਿਆ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਇੰਨੀ ਘੈਂਟ ਲੱਕੜ ਹੈਗੀ ਹੈ, ਇਹ ਕਾਹਦੀ ਲੱਕੜ ਹੈ ਜੀ ਇਹ? ਇਹ ਤਾਂ ਮੈਨੂੰ ਲੱਗਦਾ ਜਿਵੇਂ ਕਿਸੇ ਤੋਂ ਤੁਸੀਂ ਖੁਰਚ ਕੇ ਕਿਸੇ ਕੁਰਸੀ ਕਰਸੀ ਤੋਂ ਲਾਹ ਲਿਆ ਹੁੰਦਾ। ਇਹ ਫਿਰ ਕੁਦਰਤ ਹੈ, ਕੁਦਰਤ ਦੇ ਵਿੱਚੋਂ ਲਈਆਂ ਗਈਆਂ ਇਹ। ਤੁਸੀਂ ਲੱਕੜਾਂ, ਤੁਸੀਂ ਇੱਕ ਕੈਮੀਕਲ ਖਾਈ ਜਾਓਗੇ, ਤੁਸੀਂ ਸਰੀਰ ਨੂੰ ਬੰਜਰ ਬਣਾਈ ਜਾਂਦੇ ਹੋ, ਹੈ ਨਾ? ਵਿਜੇਸਾਰ ਲੱਕੜ ਕਹਿੰਦੇ ਆ ਜੀ ਇਹਨੂੰ, ਵਿਜੇਸਾਰ ਹਰ ਪੰਸਾਰੀ ਤੋਂ ਆਰਾਮ ਨਾਲ ਮਿਲ ਜਾਂਦਾ। ਹੁਣ ਤੁਸੀਂ ਦੇਖੋ ਆਪਾਂ ਨੇ ਇਹਦਾ ਤਜਰਬਾ ਕੀ ਬਣਾਇਆ, ਆਪਾਂ ਨੇ ਰਾਤ ਨੂੰ ਇਹਨੂੰ ਭਿਉਂ ਕੇ ਰੱਖਤਾ। ਤੁਸੀਂ ਇਹਦੇ ਇੱਕ ਦੋ ਟੁਕੜੇ ਲੈਣੇ ਆ, ਰਾਤ ਨੂੰ ਪਾਣੀ 'ਚ ਪਾ ਦਿਓ। ਸਵੇਰੇ ਤੁਸੀਂ ਦੇਖੋ ਜਿੰਨੇ ਲੋਕ ਸ਼ਰਾਬ ਪੀਣ ਵਾਲੇ ਆ ਉਹਨਾਂ ਨੂੰ ਵੈਸੇ ਅੱਧਾ ਤਾਂ ਹੌਂਸਲਾ ਵੈਸੇ ਹੀ ਹੋ ਜਾਊਗਾ ਵੀ ਹਾਂ ਵੀ ਉਹਦੇ ਵਰਗਾ ਹੀ ਬਣ ਗਿਆ, ਠੀਕ ਹੈ ਜੀ। ਉਹਨਾਂ ਨੇ ਤਾਂ ਅੱਧੇ ਵੈਸੇ ਹੀ ਠੀਕ ਹੋ ਜਾਣਾ, ਹੈ ਨਾ? ਜਿਹੜੇ ਹੁਣ ਲਗਭਗ ਤੁਸੀਂ ਦੇਖੋ ਸ਼ਰਾਬ ਪੀਣ ਵਾਲੇ 99% 95% ਲੋਕਾਂ ਨੂੰ ਸ਼ੂਗਰ ਹੈ, ਠੀਕ ਹੈ ਜੀ। ਅੱਧਾ ਹੌਂਸਲਾ ਤਾਂ ਉਹਨਾਂ ਨੂੰ ਵੈਸੇ ਹੀ ਮਿਲ ਜਾਂਦਾ ਉਹ ਬੰਦਿਆਂ ਨੂੰ। ਤੁਸੀਂ ਇਸ ਲੱਕੜ ਦੇ ਇੱਕ ਜਾਂ ਦੋ ਟੁਕੜੇ ਆ ਦੇਖੋ ਨੋਰਮਲ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਕੇ ਰੱਖਣੇ ਆ, ਅਤੇ ਸਵੇਰੇ ਲੱਕੜ ਕੱਢ ਦੇਣੀ ਹੈ ਤਾਂ ਪਾਣੀ ਪੀ ਲੈਣਾ। ਬਸ ਇੰਨਾ ਕੁ ਕੁਛ ਕਰਨਾ। ਔਰ ਸ਼ੂਗਰ ਤੁਹਾਡੀ ਦਿਨਾਂ ਦੇ ਵਿੱਚ ਜਿਹੜੀ ਨੋਰਮਲ ਹੁੰਦੀ ਜਾਊਗੀ, ਤੁਸੀਂ ਨਾਲ ਵਰਜਿਸ਼ ਸ਼ੁਰੂ ਕਰਨੀ ਆ। ਇਹ ਨਾ ਹੋਵੇ ਵੀ ਹਾਂ ਲਾ ਨਾਲ ਤੁਸੀਂ ਮੈਦੇ ਵੀ ਖਾਈ ਜਾਓ, ਮਿੱਠੇ ਵੀ ਖਾਈ ਜਾਓ। ਬੰਦਾ ਕਹਿੰਦਾ ਵੀ ਹੁਣ ਤਾਂ ਮੇਰੀ ਸ਼ੂਗਰ ਘਟਣ ਲੱਗ ਗਈ ਵੀ ਨਾਲ ਹੁਣ ਮੈਂ ਮਿੱਠਾ ਵੀ ਖਿੱਚਦਾ, ਨਾਲ ਵਰਜਿਸ਼ ਜ਼ਰੂਰੀ। ਜਦੋਂ ਤੁਹਾਡੇ ਰੋਂ ਹੱਦ ਤੱਕ ਸ਼ੂਗਰ ਡਾਊਨ ਕਰ ਦੇਗੀ ਤਾਂ ਅਗਲੇ ਲੱਗਣ ਲੱਗ ਜਾਏਗਾ ਕਿ ਮਿੱਠਾ ਖਾਵਾਂ ਇੱਥੇ, ਖਾਣਾ ਨਹੀਂ, ਪਰ ਖਾਣਾ ਨਹੀਂ ਹੈਗਾ। ਦੇਖੋ ਮਿੱਠਾ ਚਾਹੇ ਕੋਈ ਵੀ ਆ, ਚਾਹੇ ਤੁਹਾਡਾ ਗੁੜ ਹੈ, ਸ਼ੱਕਰ, ਅੱਜ ਕੱਲ੍ਹ ਤਾਂ ਗੁੜ ਸ਼ੱਕਰ ਦੇ ਵਿੱਚ ਵੀ ਸਾਰੀ ਤੁਸੀਂ ਦੇਖ ਲਓ ਚੀਨੀ ਪਾਈ ਜਾਂਦੀ, ਸਾਰੀ ਮਿਲਾਵਟ ਅੱਜ ਕੱਲ੍ਹ ਖਾਣ ਦੇ ਲਾਇਕ ਹੀ ਨਹੀਂ ਹੈਗਾ। ਅਸਲੀ ਜਿਹੜਾ ਤੁਹਾਡਾ ਮਿੱਠਾ ਹੈ ਉਹ ਤੁਹਾਡੇ ਫਰੂਟ ਦੇ ਵਿੱਚੋਂ, ਜਿਹੜਾ ਅਸਲੀ ਨੈਚੁਰਲ ਸ਼ੂਗਰ ਹੈ ਉਹ ਅਸਲ ਸ਼ੂਗਰ ਆ ਜਿਹੜਾ ਸਾਨੂੰ ਕੁਦਰਤ ਨੇ, ਜਿਹੜਾ ਤੁਸੀਂ ਇਨਸਾਨ ਨੇ ਆਪ ਬਣਾਇਆ, ਠੀਕ ਹੈ ਜੀ। ਹੁਣ ਤੁਸੀਂ ਗੰਨਾ ਚੂਬ ਲਓ, ਕਦੇ ਸ਼ੂਗਰ ਨਹੀਂ ਵਧੂਗਾ, ਸਵਾਲ ਨਹੀਂ ਪੈਦਾ ਹੁੰਦਾ। ਜਦ ਤੁਸੀਂ ਉਹਨੂੰ ਦੇ ਕੇ ਕਾੜੇ ਦੇ ਕੇ ਤੁਸੀਂ ਇਹ ਕਹਿ ਲਓ ਵੀ ਇੱਕ ਆਪਣੇ ਤੌਰ 'ਤੇ ਬਨਾਉਟੀ ਤੌਰ 'ਤੇ ਉਹਦੀ ਚੀਜ਼ ਤਿਆਰ ਕਰਦੇ ਹੋ, ਉਹ ਤੁਹਾਡੇ ਸਰੀਰ ਲਈ ਬਿਮਾਰੀ ਪੈਦਾ ਕਰਦਾ, ਨਾ ਕਿ ਜਿਹੜੀ ਕੁਦਰਤ ਨੇ ਨੇਚਰ ਨੇ ਪੈਦਾ ਕੀਤੀ ਹੋਈ ਚੀਜ਼ ਆ, ਉਹ ਤੁਹਾਨੂੰ ਕਦੇ ਵੀ ਸ਼ੂਗਰ ਨਹੀਂ ਜਿਹੜੀ ਪੈਦਾ ਕਰੂਗੀ। ਐਡੀ ਅੱਛਾ ਜੀ, ਜਿਹੜੀ ਇਹ ਲੱਕੜ ਹੈਗੀ, ਕਿੰਨੀ ਵਾਰ ਅਸੀਂ ਇਹ ਟੁਕੜਾ, ਮੰਨ ਲਓ ਅਸੀਂ ਇਹ ਟੁਕੜਾ ਤੁਸੀਂ ਇਹਦੇ ਵਿੱਚ ਪਾਇਆ ਹੈ, ਇਹਦਾ ਤੁਸੀਂ ਇਹ ਕਹਿ ਲਓ ਵੀ ਇੱਕ ਹਫ਼ਤਾ ਇਹਦਾ ਅਸਰ ਨਹੀਂ ਜਾਂਦਾ ਇੱਕ ਟੁਕੜੇ ਦਾ, ਮਤਲਬ ਇੱਕ ਟੁਕੜਾ ਕੰਮ ਕਰੇ, ਇੱਕ ਟੁਕੜਾ ਸਿਰਫ ਇੱਕ ਹਫ਼ਤਾ ਚੱਲੂਗਾ। ਤੁਸੀਂ ਇਹ ਗੱਲ, ਇਹ ਫ੍ਰੀ ਵਰਗੀਆਂ ਚੀਜ਼ਾਂ ਇਹ ਬਹੁਤੇ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਅਸਲ ਦੇ ਵਿੱਚ ਇਹ ਠੀਕ ਇਹੀ ਕਰਦੀਆਂ ਨੇ। ਤੁਸੀਂ ਦੇਖੋ ਵੀ ਗੋਲੀਆਂ ਖਾ ਕੇ, ਹੁਣ ਤੁਸੀਂ ਦੇਖੋ ਕਈ ਲੋਕ 15-15 ਸਾਲਾਂ ਤੋਂ ਸ਼ੂਗਰ ਦੀਆਂ ਗੋਲੀਆਂ ਖਾਂਦੇ ਆ, ਕਦੇ ਕਿਸੇ ਦਾ ਤੁਸੀਂ ਇੱਕ ਵੀ ਮਰੀਜ਼ ਲਿਆ ਕੇ ਦਿਖਾ ਦਿਓ ਮੈਨੂੰ ਵੀ ਕਿਸੇ ਦਾ ਸ਼ੂਗਰ ਠੀਕ ਹੋਇਆ ਗੋਲੀਆਂ ਖਾਣ ਨਾਲ? ਨਹੀਂ ਹੁੰਦਾ, ਕਿਉਂਕਿ ਉਹਦੀ ਡੋਜ਼ ਜੇ 500 ਤੋਂ ਸ਼ੁਰੂ ਕੀਤੀ ਆ ਤਾਂ 6 ਮਹੀਨੇ ਬਾਅਦ 1000 ਤੇ ਚਲੇ ਜਾਊਗੀ। ਪਰ ਇਹ ਨਹੀਂ ਹੈਗਾ ਵੀ ਕਿਸੇ ਦਾ ਸ਼ੂਗਰ ਠੀਕ ਹੋਇਆ, ਪਰ ਇਹ ਨੈਚੁਰਲ ਚੀਜ਼ਾਂ ਹੀ, ਜਿਹੜਾ ਸ਼ੂਗਰ ਹੈ ਜਾਂ ਚਾਹੇ ਤੁਹਾਡਾ BP ਹੈ, ਨੈਚੁਰਲ ਚੀਜ਼ਾਂ ਜਿਹੜੀਆਂ ਠੀਕ ਕਰਦੀਆਂ ਜੀ। ਅੱਛਾ, ਤੇ ਫਿਰ ਇਹ ਪੀਣ ਦਾ ਬੈਸਟ ਟਾਈਮ ਕਿਹੜਾ? ਇਹ ਸਰਦੀ ਗਰਮੀ ਦੋਵਾਂ 'ਚ ਪੀ ਸਕਦੇ ਹਾਂ? ਸਰਦੀ ਹੈ ਚਾਹੇ ਗਰਮੀ ਹੈ ਜੀ, ਕੁਛ ਨਹੀਂ। ਜਦੋਂ ਤੁਸੀਂ ਗਰਮੀ ਆਪਣੇ ਸਰੀਰ ਨੂੰ ਕਸਰਤ ਕਰਕੇ ਕੱਢੇ ਦੇਣੀ ਹੈ, ਫਿਰ ਗਰਮੀ ਔਰ ਸਰਦੀ ਦਾ ਕੋਈ ਫਰਕ ਹੀ ਨਹੀਂ ਹੈਗਾ, ਠੀਕ ਹੈ ਜੀ। ਹੁਣ ਤੁਸੀਂ ਬੰਦਾ ਗਰਮੀ 'ਚ ਬੰਦਾ ਕਹਿੰਦਾ ਵੀ ਗਰਮੀ ਲੱਗਦੀ ਹੈ, ਜਦੋਂ ਬੰਦਾ ਵਰਜਿਸ਼ ਕਰਨ ਲੱਗ ਗਿਆ ਉਹ ਸਾਰੀ ਗਰਮੀ ਭੁੱਲ ਜਾਂਦਾ। ਠੰਡ 'ਚ ਬੰਦਾ ਕਹਿੰਦਾ ਵੀ ਮੈਨੂੰ ਠੰਡ ਲੱਗਦੀ ਹੈ, ਜਦੋਂ ਠੰਡ 'ਚ ਵਰਜਿਸ਼ ਕਰਨ ਲੱਗ ਗਿਆ ਬੰਦਾ ਕੋਟੀ ਵੀ ਖੋਲ ਖੋਲ ਕੇ ਮਾਰਦਾ। ਫਿਰ ਤੁਸੀਂ ਇਹ ਦੇਖੋ ਵੀ ਵਰਜਿਸ਼ ਦੇ ਨਾਲ ਸਰਦੀ ਔਰ ਗਰਮੀ ਦਾ ਕੋਈ ਤਲਕਾ ਤੇ ਨਹੀਂ, ਮਾਇਨੇ ਨਹੀਂ ਰੱਖਦਾ ਉੱਥੇ ਜੀ। ਜੀ ਅੱਛਾ, ਕਿੰਨੇ ਟਾਈਮ ਦੇ ਵਿੱਚ ਇਹ ਜਿਹੜੀ ਤੁਹਾਡੀ ਲੱਕੜ ਹੈਗੀ ਹੈ, ਲੱਕੜ ਕੰਮ ਕਰ ਜਾਏਗੀ ਜੀ ਸ਼ੂਗਰ ਵਾਲੇ ਬੰਦੇ? ਤੁਸੀਂ ਕਹਿ ਲਓ ਵੀ ਹਫ਼ਤੇ ਦੇ ਵਿੱਚ ਤੁਹਾਨੂੰ ਦੱਸਣ ਲੱਗ ਜੂਗੀ ਵੀ ਬਾਕੀ ਮੇਰਾ ਸ਼ੂਗਰ ਆ ਜਿਹੜਾ ਲੈਵਲ ਡਾਊਨ ਆਉਣ ਲੱਗ ਗਿਆ। ਸੰਕੇਤ ਕੀ ਮਿਲਣਗੇ ਜਦੋਂ ਲੱਕੜ ਕੰਮ ਕਰਨ ਲੱਗ ਗਈ? ਵੈਸੀ એનર્ਜੀ ਆਉਣ ਲੱਗ ਜਾਂਦੀ ਹੈ ਬਾਡੀ ਦੇ ਵਿੱਚ, ਠੀਕ ਹੈ ਜੀ। ਵੈਸੇ ਹੀ ਬੰਦਾ ਦੇਖੋ, ਹੁਣ ਤੁਸੀਂ ਦੇਖ ਲਓ ਸ਼ੂਗਰ ਵਾਲੇ ਬੰਦਿਆਂ ਦੇ ਸਭ ਤੋਂ ਵੱਧ ਕੀ ਦੋ ਬਿਮਾਰੀਆਂ ਖਾਸ ਰਹਿੰਦੀਆਂ ਉਹਨਾਂ ਨੂੰ, ਇੱਕ ਤਾਂ ਹੱਥ ਪੈਰ ਪੀਲੇ ਪੈਣ ਲੱਗ ਜਾਂਦੇ ਨੇ, ਦੂਜਾ ਉਹਨਾਂ ਨੂੰ ਕਬਜ਼ ਰਜਮੀਲ ਹੋਊਗੀ। ਜਦੋਂ ਦੋਏ ਚੀਜ਼ਾਂ ਤੋਂ ਤੁਹਾਨੂੰ ਮੋੜ ਦਿਖਾਉਣ ਲੱਗ ਜਾਣਾ, ਹੱਥਾਂ ਪੈਰਾਂ ਤੇ ਚਿਹਰੇ ਤੇ ਚਮਕ ਆਉਣ ਲੱਗ ਜਾਣੀ, ਤੁਹਾਨੂੰ ਆਪਣੇ ਆਪ ਸੰਕੇਤ ਆ ਪੇਟ ਤੁਹਾਡਾ ਸਾਫ਼ ਹੋਣ ਲੱਗ ਜਾਣਾ,
ਤੁਹਾਨੂੰ ਆਪਣੇ ਆਪ ਲੱਗਣਾ ਵੀ ਵਾਕਈ ਮੇਰੇ ਸਰੀਰ 'ਚ ਤਾਂ ਐਨਰਜੀ ਪੈਣ ਲੱਗ ਗਈ, ਜਦਕਿ ਨੈਚੁਰਲ ਚੀਜ਼ਾਂ ਹੈ ਨਾ, ਨੈਚੁਰਲ ਚੀਜ਼ਾਂ ਹੀ ਜਿਹੜੀਆਂ, ਮੈਂ ਤਾਂ ਇਹ ਹਰ ਵਾਰ ਕਹਿੰਦਾ ਹੁੰਦਾ ਵੀ ਅਸਲ ਦੇ ਵਿੱਚ ਨੈਚੁਰਲ ਚੀਜ਼ਾਂ, ਇਹਨਾਂ ਚੀਜ਼ਾਂ ਨੂੰ ਅਪਣਾ ਕੇ ਹੀ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਕਰ ਸਕਦੇ ਹੋ, ਨਾ ਕਿ ਤੁਸੀਂ ਡੱਬਾਬੰਦ ਗੋਲੀਆਂ ਜਾਂ ਕੈਮੀਕਲਾਂ ਨਾਲ ਆਪਣੇ ਸਰੀਰ ਨੂੰ ਸਿਰਫ ਔਰ ਸਿਰਫ ਕੀ ਕਰ ਸਕਦੇ ਹੋ, ਬੰਜਰ ਬਣਾ ਸਕਦੇ ਹੋ, ਤੰਦਰੁਸਤੀ ਵੱਲ ਨਹੀਂ ਵੱਧ ਸਕਦੇ। ਅੱਛਾ ਡਾਕਟਰ ਸਾਹਿਬ, ਫਿਰ ਜਿਹੜੇ ਲੋਕਾਂ ਨੂੰ ਇਹ ਹੁੰਦਾ ਵੀ ਕਈ ਵਾਰ ਨੁਸਖਾ ਫਿੱਟ ਬੈਠ ਜਾਂਦਾ, ਕਈਆਂ ਨੂੰ ਨਹੀਂ ਫਿੱਟ ਬੈਠਦਾ ਜੀ, ਅਤੇ ਫਿਰ ਉਹ ਕੀ ਕਰਨ ਜੀ ਜਿਹਨੇ ਲੱਕੜ ਵਾਲਾ ਅਪਣਾਉਣਗੇ ਵੀ, ਪਰ ਜਿਹਨਾਂ ਨੂੰ ਨਹੀਂ ਫਿੱਟ ਬੈਠਦਾ ਜੀ, ਉਹਦਾ ਕਾਰਨ ਕੀ ਹੁੰਦਾ, ਫਿਰ ਉਹਨਾਂ ਦਾ ਕੋਈ ਹੱਲ ਹੁੰਦਾ ਤੁਹਾਡੇ ਕੋਲ ਨੈਚੁਰੋਪੈਥ ਜੀ? ਉਹਨਾਂ ਦੇ ਵਿੱਚ ਇਹ ਹੈ ਵੀ ਉਹਨਾਂ ਦੀ ਤਸੀਰ ਚੈੱਕ ਕਰਕੇ ਆਪਾਂ ਹਰ ਤਰ੍ਹਾਂ ਦੀ, ਉਹਦੇ ਸ਼ੂਗਰ ਆ ਚਾਹੇ ਲੈਵਲ ਆ ਚਾਹੇ ਕਿਸੇ ਨੂੰ ਇਨਸੁਲਿਨ ਲੱਗਦੀ ਆ, ਹੈ ਨਾ, ਡਾਕਟਰ ਛੋਟੇ ਛੋਟੇ 7-7, 8-8 ਸਾਲ ਦੇ ਬੱਚਿਆਂ ਨੂੰ ਇਨਸੁਲਿਨ ਲਵਾਈ ਰਹਿੰਦੇ ਆ, ਅਤੇ ਇਹ ਨਹੀਂ ਕਹਿੰਦੇ, ਨਾਲ ਇਹ ਵੀ ਕਹਿੰਦੇ ਨੇ ਵੀ ਤੁਸੀਂ ਸਾਰੀ ਜ਼ਿੰਦਗੀ ਬੰਦ ਨਹੀਂ ਕਰਨੀ, ਅਤੇ ਤੁਸੀਂ ਇਹ ਕਹਿ ਲਓ ਵੀ ਤੁਸੀਂ 15-15 ਸਾਲ ਦੇ ਜਵਾਕਾਂ ਦੇ ਤੁਸੀਂ ਦੇਖੋ ਫੱਟੀਆਂ ਵਰਗੇ ਸਰੀਰ ਨਿਕਲੇ ਪਏ ਨੇ, ਅਤੇ ਇਨਸੁਲਿਨ ਲਾ ਲਾ ਕੇ ਉਹਨਾਂ ਦੇ, ਠੀਕ ਹੈ ਜੀ, ਜਦ ਕਿ ਤੁਸੀਂ ਨੈਚੁਰਲ ਜਿਹੜੇ ਇਨਸੁਲਿਨ ਲਾਓਗੇ, ਨੈਚੁਰਲ ਇਨਸੁਲਿਨ ਨੇ ਇਹ, ਨੈਚੁਰਲ ਲਾਓਗੇ ਤੁਹਾਡੇ ਉਹ ਕੈਮੀਕਲ ਬੇਸ ਜਿਹੜੇ ਜਦੋਂ ਬੰਦ ਹੋ ਜਾਣਗੇ ਤੁਹਾਡੇ ਬੱਚੇ ਦਾ, ਤੁਸੀਂ ਇਹ ਕਹਿ ਲਓ ਵੀ ਜਿਹੜਾ ਅੱਜ 8-9 ਸਾਲ ਦਾ ਬੱਚਾ ਤੁਹਾਡਾ ਇਨਸੁਲਿਨ ਲਾ ਰਿਹਾ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਦੇ ਕਾਬਲ ਵੀ ਨਹੀਂ ਰਹੂਗਾ, ਉਹ ਆਉਣ ਵਾਲੇ ਸਮੇਂ 'ਚ ਤੁਹਾਡੀ ਪੀੜ੍ਹੀ ਕਿੱਦਾਂ ਵਧਾਊਗਾ, ਇਹ ਹੋਏ ਨਹੀਂ ਸਕਦਾ ਵੀ ਉਹ ਆਉਣ ਵਾਲੇ ਸਮੇਂ 'ਚ ਤੁਹਾਡੀ ਜਨਰੇਸ਼ਨ ਜਿਹੜੀ ਹੈਗੀ ਅੰਦਰ ਅੱਗੇ ਵਧਾ ਦੇਵੇ। ਜੀ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਤੁਸੀਂ ਦੇਖੋ ਬਹੁਤ ਸਾਰਿਆਂ ਦੇ ਮੂੰਹ 'ਚ ਇਹ ਪਾਣੀ, ਇਹ ਰੰਗਾ ਵੇਖ ਕੇ ਪਾਣੀ ਵੀ ਆ ਗਿਆ ਹੋਣਾ, ਇਹ ਪਾਣੀ ਦੇਖ ਕੇ, ਪਰ ਵੈਜੀ ਦਾ ਕਹਿਣਾ ਕਿ ਇਹ ਪਾਣੀ ਜਿਹੜਾ ਇਸ ਲੱਕੜ ਨੇ ਜਿਹੜੀ ਇਹਦੇ ਵਿੱਚ ਪਾਈ ਹੋਈ ਹੈ, ਰਾਤ ਭਰ ਭਿਉਂ ਕੇ ਅਗਰ ਅਸੀਂ ਇਹਦੇ ਵਿੱਚ ਰੱਖਾਂਗੇ ਤਾਂ ਇਹ ਪਾਣੀ ਨਹੀਂ, ਇਹ ਅੰਮ੍ਰਿਤ ਬਣ ਗਿਆ ਸ਼ੂਗਰ ਵਾਲਿਆਂ ਵਾਸਤੇ, ਅਤੇ ਸਵੇਰੇ ਸਵੇਰੇ ਨੂੰ ਇੰਨਾ ਕੁ ਗਲਾਸ ਹੀ ਬਹੁਤ ਹੈ ਜੀ, ਮੈਨੂੰ ਲੱਗਦਾ ਜੀ ਬਹੁਤ ਹੈ। ਨਾਲੇ ਤੁਸੀਂ ਦੇਖੋ ਵੀ ਤੁਹਾਡੇ ਗੁਰਦਿਆਂ ਨੂੰ ਸਾਫ਼ ਕਰਦਾ, ਜਿਹੜੇ ਬਾਕੀ ਲੋਕ ਸਵੇਰੇ ਉੱਠ ਕੇ ਪਾਣੀ ਤਾਂ ਪੀਂਦੇ ਹੀ ਹੈ, ਲਗਭਗ ਹਰ ਬੰਦਾ ਸਵੇਰੇ ਉੱਠ ਕੇ ਪਾਣੀ ਪੀਂਦਾ ਚਾਹ ਵਾਲਿਆਂ ਨੂੰ ਛੱਡ ਕੇ, ਠੀਕ ਹੈ ਜੀ, ਤੁਸੀਂ ਨਾਲੇ ਇਹਨੇ ਪਾਣੀ ਦੀ ਘਾਟ ਪੂਰੀ ਕਰ ਦੇਣੀ ਹੈ, ਨਾਲੇ ਤੁਹਾਡਾ ਸ਼ੂਗਰ ਦੱਬ ਲੈਣਾ ਉੱਧਰ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ, ਵੈਦ ਜਗਰੂਪ ਸਿੰਘ ਭੰਗੂ, ਜਿਨ੍ਹਾਂ ਨੇ ਦੱਸਿਆ ਹੈ ਕਿ ਵਿਜੇ ਸਾਰ ਨਾਂ ਦੀ ਜਿਹੜੀ ਇਹ ਲੱਕੜ ਹੈਗੀ ਹੈ, ਇਹਨੂੰ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਕੇ ਰੱਖਣਾ, ਅਤੇ ਸਵੇਰੇ ਸਵੇਰੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰਨਾ, ਅਤੇ ਦਿਨਾਂ 'ਚ ਜਿਹੜੀ ਤੁਹਾਡੀ ਸ਼ੂਗਰ ਹੈਗੀ ਹੈ ਉਹ ਛੂ ਮੰਤਰ ਹੋਣੀ ਸ਼ੁਰੂ ਹੋ ਸਕਦੀ ਹੈ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਨੰਬਰ ਹੈਗਾ ਵੈਜ ਗਰੂਪ ਸਿੰਘ ਭੰਗੂਹਰਾ ਦੀ ਟੀਮ ਦਾ, ਅਸੀਂ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਬਿਮਾਰੀ ਬਾਬਤ ਕੋਈ ਵੀ ਗੱਲਬਾਤ ਹੈਗੀ ਹੈ ਜਿਹੜੀ ਉਹ ਕਰ ਸਕਦੇ ਹੋ। ਪਰ ਮੇਰਾ ਤੁਹਾਨੂੰ ਸੁਜੈਸ਼ਨ, ਮੇਰਾ ਤੁਹਾਨੂੰ ਚੇਤਾਵਨੀ, ਮੇਰੀ ਤੁਹਾਨੂੰ ਇਹੀ ਅਪੀਲ ਹੈ ਕਿ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਕਿਸੇ ਵੀ ਵੈਦ ਹਕੀਮ ਡਾਕਟਰ, ਚੰਗੇ ਵੈਦ ਹਕੀਮ ਡਾਕਟਰ ਦੀ ਅੰਡਰ ਕੇਅਰ ਤੋਂ ਬਗੈਰ ਤੁਸੀਂ ਇਸਤੇਮਾਲ ਨਾ ਕਰਿਆ ਕਰੋ, ਕਿਉਂਕਿ ਅਗਿਆਨਤਾ ਕਰਕੇ ਲਿਆ ਹੋਇਆ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਕਰ ਸਕਦਾ ਹੈ। ਧੰਨਵਾਦ।